ਕੀ ਨਾਮ ਆ ਬੇਟਾ ਤੁਹਾਡਾ ਮੇਰਾ ਨਾਮ ਸਨਮਦੀਪ ਸਿੰਘ ਹੈ ਤੇ ਕਿਹੜੇ ਸਕੂਲ ਚ ਪੜ੍ਹਦੇ ਹੋ ਮੈਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਵਿਦਿਆਰਥੀ ਹਾਂ ਕਿਹੜੀ ਕੰਟਰੀ ਮੈਂ ਮਲੇਸ਼ੀਆ ਤੋਂ 골ਡ ਮੈਡਲ ਲੈ ਕੇ ਆਇਆ ਹਾਂ ਉੱਥੇ ਕਿਹੜੇ ਕਿਹੜੇ ਦੇਸ਼ ਦੇ ਜਿਹੜੇ ਬੱਚੇ ਸੀਗੇ ਜਿਨ੍ਹਾਂ ਨੂੰ ਤੁਸੀਂ ਹਰਾਇਆ ਉੱਥੇ ਅਮਰੀਕਾ ਚਾਈਨਾ ਮਲੇਸ਼ੀਆ ਦੇ ਬੱਚਿਆਂ ਨੂੰ ਹਰਾ ਕੇ ਮੈਂ 골ਡ ਮੈਡਲ ਲੈ ਕੇ ਆਇਆ ਹਾਂ ਮੈਂ 올림픽 ਵਿੱਚੋਂ 골ਡ ਮੈਡਲ ਲੈ ਕੇ ਆਉਣਾ ਚਾਹੁੰਦਾ ਹਾਂ ਕਿਹੜੀ ਖੇਡ ਖੇਡਦੇ ਹੋ ਤੁਸੀਂ ਮੈਂ ਕਰਾਟੇ ਖੇਡਦਾ ਹਾਂ ਕਿੰਨੀ ਕਿ ਜ਼ਿਆਦਾ ਔਫ ਹੁੰਦੀ ਹੈ ਜਾਂ ਫਿਰ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਹੋ ਕੀ ਕੀ ਤੁਹਾਡਾ ਸ਼ਡਿਊਲ ਰਹਿੰਦਾ ਹੈ ਦਦੂ ਦਾਦੀ ਮੰਮਾ ਪਾਪਾ ਤੇ ਪੂਆ ਜੀ ਸਾਰੇ ਸਪੋਰਟ ਕਰਦੇ ਹਾਂਜੀ ਹੁਣ ਪੂਆ ਜੀ ਗਏ ਸੀਗੇ ਨਾਲ ਹਾਂਜੀ ਹਾਂਜੀ ਫਿਰ ਕਿੱਦਾਂ ਦਾ ਰਿਹਾ ਉਥੋਂ ਦਾ ਟੂਰ ਤੁਹਾਡਾ ਬਾਕੀ ਦਾ ਟੂਰ ਕਿਵੇਂ ਰਿਹਾ ਬਾਕੀ ਦਾ ਮੈਂ ਨਰਿੰਦਰ ਸਿੰਘ ਇਹ ਮੇਰਾ ਪੋਤਾ ਸਰਮਦੀਪ ਸਿੰਘ ਜੋ ਕਿ ਮਲੇਸ਼ੀਆ ਵਿੱਚੋਂ 골ਡ ਮੈਡਲ ਲੈ ਕੇ ਆਇਆ ਜੀ ਇਹ ਚਾਰਾਂ ਬੱਚਿਆਂ ਨੂੰ ਹਰਾ ਕੇ ਉੱਥੇ ਆਇਆ ਜੀ ਅਮਰੀਕਾ ਚਾਈਨਾ ਮਲੇਸ਼ੀਆ ਸਾਰਿਆਂ ਨੂੰ ਮਾਤ ਪਾ ਕੇ ਆਇਆ ਅੱਗੇ ਉਹਨਾਂ ਦੇ ਵਿੱਚ ਅੱਠ ਅੱਠ ਟੀਮਾਂ ਹੁੰਦੀਆਂ ਵਾ ਜਿਹੜੀਆਂ ਇੱਕ ਦੂਜੇ ਨਾਲ ਲੜ ਕੇ ਅੱਗੇ ਆਉਂਦੀਆਂ ਉਹਨਾਂ ਨਾਲ ਜਦੋਂ ਮਤਲਬ ਜਿੱਤ ਜਾਂਦਾ ਫਿਰ ਉਹ ਅਗਲਾ ਬੱਚਾ ਇਧਰੋਂ ਜਿੱਤਦਾ ਫਿਰ ਉਹਦੇ ਨਾਲ ਫਾਈਟ ਹੁੰਦੀ ਆ ਲਾਸਟ ਵਿੱਚ ਮਤਲਬ ਇਹਨੇ ਤਿੰਨ ਫਾਈਟਾਂ ਲੜ ਕੇ ਅਤੇ ਆਪਣੇ 골ਡ ਮੈਡਲ ਲਿਆ ਜੀ ਇਹਨੂੰ ਉੱਥੋਂ ਦਾ ਚੈਂਪੀਅਨ ਕਰਾਰ ਦਿੱਤਾ ਜੀ ਚੈਂਪੀਅਨ ਦਾ ਸਰਟੀਫਿਕੇਟ ਵੱਖਰਾ ਮਿਲਿਆ ਜੀ 골ਡ ਮੈਡਲ ਦਾ ਸਰਟੀਫਿਕੇਟ ਵੱਖਰਾ ਮਿਲਿਆ ਜੀ ਅਤੇ 골ਡ ਮੈਡਲ ਇਹਨੂੰ ਜਿਹੜਾ ਮੈਡਲ ਮਿਲਿਆ ਉਹ ਵੱਖਰਾ ਸਰਟੀਫਿਕੇਟ ਵੱਖਰਾ ਜੀ ਸਾਨੂੰ ਬੜੇ ਮਾਣ ਵਾ ਬਹੁਤ ਮਾਣ ਆ ਸਾਨੂੰ ਬੜੇ ਮਾਣ ਸਤਿਕਾਰ ਵਾਲੀ ਗੱਲ ਆ ਜੀ ਸਰਮਦੀਪ ਸਿੰਘ ਨੌ ਸਾਲ ਦਾ ਪੰਜਵੀਂ ਕਲਾਸ ਦਾ ਵਿਦਿਆਰਥੀ ਆ ਅਤੇ ਸਵੇਰੇ 7 ਵਜੇ ਉੱਠਦਾ ਜੀ ਅਤੇ 3 ਵਜੇ ਸਕੂਲੋਂ ਆਉਂਦਾ ਵਾਪਸ 4 ਵਜੇ ਦੀ ਗੇਮ ਸ਼ੁਰੂ ਹੁੰਦੀ ਆ 6:15 ਵਜੇ ਤੱਕ ਬੰਦ ਹੁੰਦੀ ਆ 8:30 ਵਜੇ ਟਿਊਸ਼ਨ ਤੋਂ ਵਾਪਸ ਆਉਂਦਾ ਜੀ ਇੱਕੋ ਦਿਨ ਹੁੰਦਾ ਇਹਦੇ ਐਤਵਾਰ ਇਹਦੇ ਵਾਸਤੇ ਖੇਡਣ ਵਾਸਤੇ ਜਾਂ ਮਤਲਬ ਕੋਈ ਸ਼ੌਂਕ ਪੂਰਾ ਕਰਨ ਵਾਸਤੇ ਬਹੁਤ ਵਧੀਆ ਜੀ ਇਹਨੇ ਮਤਲਬ ਕਦੀ ਗੇਮ 'ਤੇ ਜਾਣ ਲੱਗਿਆ ਜਾਂ ਸਕੂਲ 'ਤੇ ਜਾਣ ਲੱਗਿਆ ਕਦੀ ਵੀ ਨਾਂਹ ਨਹੀਂ ਕੀਤੀ ਜਾਂ ਇਹਨੇ ਇਹ ਨਹੀਂ ਕਿਹਾ ਵੀ ਮੇਰਾ ਸਰੀਰ ਦੁਖਦਾ ਬਹੁਤ ਹੀ ਵਧੀਆ ਜੀ ਇਹ ਮਤਲਬ ਇਹ ਆਪਣੇ ਬੱਚਾ ਜੀ ਇਹ 'ਤੇ ਸਾਨੂੰ ਬੜਾ ਮਾਣ ਆ ਸਾਨੂੰ ਗਿਲਾ ਵਾ ਪ੍ਰਸ਼ਾਸਨ ਉੱਤੇ ਪ੍ਰਸ਼ਾਸਨ ਨੇ ਪਿਛਲੀ ਵਾਰ ਵੀ ਇਹ ਦੁਬਈ ਵਿੱਚੋਂ 골ਡ ਮੈਡਲ ਲੈ ਕੇ ਆਇਆ ਸੀ ਜੀ ਉਦੋਂ ਵੀ ਪ੍ਰਸ਼ਾਸਨ ਨੇ ਕੋਈ ਸਾਥ ਨਹੀਂ ਦਿੱਤਾ ਅੱਜ 6 ਮਹੀਨਿਆਂ ਬਾਅਦ ਮਲੇਸ਼ੀਆ ਤੋਂ ਤਿੰਨਾਂ ਬੱਚਿਆਂ ਨੂੰ ਅਮਰੀਕਾ ਤੋਂ ਅਮਰੀਕਾ ਵਾਲੇ ਬੱਚਿਆਂ ਨੂੰ ਅਤੇ ਚਾਈਨਾ ਵਾਲੇ ਬੱਚਿਆਂ ਨੂੰ ਬੜਾ ਹਰਾਉਣਾ ਬੜਾ ਔਖਾ ਜੀ ਅਤੇ ਜਿਹੜੀ ਧਰਤੀ 'ਤੇ ਦੂਜੀ ਬਗਾਨੀ ਧਰਤੀ 'ਤੇ ਮੈਚ ਜਿੱਤ ਕੇ ਆਉਣਾ ਬੜਾ ਔਖਾ ਜੀ ਉੱਥੇ ਫਾਈਟਾਂ ਆਪਣੇ 4 ਲੜੀਆਂ ਜੀ ਅਤੇ 4ਥੀ ਫਾਈਟ ਵਿੱਚ ਵੀ ਇਹ ਮਤਲਬ ਉਹਨੂੰ ਹਰਾ ਕੇ ਅਤੇ ਫਿਰ 골ਡ ਮੈਡਲ ਮਿਲਿਆ ਜੀ ਇਹ ਉਹਨਾਂ ਨੇ ਚੈਂਪੀਅਨ ਕਰਾਰ ਦਿੱਤਾ ਜੀ ਸਾਨੂੰ ਬੜੇ ਮਾਣ ਵਾਲਾ ਸਤਿਕਾਰ ਆ ਮੈਂ ਫਿਰ ਬੇਨਤੀ ਕਰਦਾ ਪ੍ਰਸ਼ਾਸਨ 'ਤੇ ਬਹੁਤ ਗਿਆ ਜੀ ਬਹੁਤ ਜ਼ਿਆਦਾ ਦੁੱਖ ਆ ਖੁਸ਼ੀ ਵੀ ਬਹੁਤ ਆ ਪਰ ਮੈਂ ਇਹਨੂੰ ਇਹਦੇ ਨਾਲ ਹਾਂ ਬਾਕੀ ਸੰਗਤ ਬੜੀ ਨਾਲ ਆ ਇਹਦੇ ਜੀ ਸਾਰੇ ਮਹੱਲੇ ਨਿਵਾਸੀ ਮੇਰੇ ਸੱਜਣ ਮਿੱਤਰ ਯਾਰ ਦੋਸਤ ਸਾਡੇ ਮੀਡੀਆ ਨੇ ਬੜਾ ਸਾਥ ਦਿੱਤਾ ਮੈਂ ਉਹਨਾਂ ਦਾ ਤਹਿ ਦਿਲੋਂ ਆਪਣੇ ਧੰਨਵਾਦ ਕਰਦਾ ਜੀ ਅਤੇ ਮੈਂ ਇਹਨੂੰ ਚੈਂਪੀਅਨ ਬਣਾਉਣਾ ਜੀ ਇਹਨੂੰ ਅੱਗੇ ਤੋਂ ਅੱਗੇ ਖੜਨਾ ਹੀ ਖੜਨਾ ਭਾਵੇਂ ਜੋ ਮਰਜ਼ੀ ਹੋਵੇ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ